ਪਟਿਆਲਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨਿਰਮਲ ਸਿੰਘ ਪਟਿਆ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਜੇਸ਼ ਪਾਇਲਟ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਰਾਜੇਸ਼ ਪਾਇਲਟ ਦੇ ਪੁੱਤ ਤੇ ਸ਼ਰਧਾ ਨਾਲ ਫੁੱਲ ਭੇਟ ਕੀਤੇ ਨੇ। ਇਸ ਮੌਕੇ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਨੇ ਬੁੱਤ ਤੇ ਸ਼ਰਧਾ ਨਾਲ ਫੁੱਲ ਭੇਟ ਕੀਤੇ ਨੇ। ਸੀਨੀਅਰ ਲੀਡਰ ਰਾਜੇਸ਼ ਪਾਇਲਟ ਨੂੰ ਯਾਦ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਕਾਂਗਰਸ ਦੇ ਅਜਿਹੇ ਯੋਧੇ ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਮਾਣ ਹੈ। ਉਹ ਕਾਂਗਰਸ ਪਾਰਟੀ ਦਾ ਸੱਚਾ ਅਤੇ ਇਮਾਨਦਾਰ ਸੇਵਕ ਸੀ। ਅੱਜ ਅਸੀਂ ਸਾਡੇ ਕਾਂਗਰਸ ਪਾਰਟੀ ਦੇ ਮਹਾਨ ਨੇਤਾ ਸ਼੍ਰੀ ਰਾਜੇਸ਼ ਪਾਇਲਟ ਜੀ ਦੀ 19ਵੀਂ ਬਰਸੀ ਦੇ ਮੌਕੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਸਾਰੇ ਸਾਡੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ, ਵਰਕਰ ਸਾਹਿਬਾਨ ਸਾਰੇ ਉਰੇ ਇਕੱਠੇ ਹੋਏ ਹਾਂ। ਬੜੀ ਇੱਕ ਵੱਡੀ ਨੁਕਸਾਨ ਦੀ ਗੱਲ ਹੋਈ, ਜਿਹੜਾ ਐਡਾ ਵੱਡਾ ਲੀਡਰ ਸਾਡੇ ਤੋਂ, ਜਿਹੜਾ ਅਚਾਨਕ ਸਮੇਂ ਤੋਂ ਪਹਿਲਾਂ ਸਾਡੇ ਤੋਂ ਖੋਇਆ ਗਿਆ। ਅਸੀਂ ਸਾਰੀ ਕਾਂਗਰਸ ਪਾਰਟੀ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਣ ਦਾ ਅਸੀਂ ਪ੍ਰਣ ਕਰਦੇ ਹਾਂ। ਸਵਰਗੀ ਰਾਜੇਸ਼ ਪਾਇਲਟ ਜੀ ਦੀ 18ਵੀਂ ਪੁੰਨ ਤਿਥੀ 'ਤੇ ਅਸੀਂ ਹਰ ਸਾਲ ਕੀ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਤਰਫ ਤੋਂ ਪਟਿਆਲੇ 18 ਸਾਲ ਹੋ ਗਏ ਇਹਨਾਂ ਦੀ ਮੁਕਤੀ, ਉਸ ਤੋਂ ਬਾਅਦ ਅਸੀਂ ਹਰ ਸਾਲ ਇਹਨਾਂ ਦੇ ਕਰਦੇ ਹਾਂ। ਲੋਕਾਂ ਨੂੰ ਇੱਕ ਯਾਦ ਰਹੇ, ਨਵੀਂ ਜਨਰੇਸ਼ਨ ਵਾਸਤੇ ਲੋਕਾਂ ਨੂੰ ਇੱਕ ਗਿਆਨ ਹੋਵੇ ਕਿ ਇੱਕ ਗਰੀਬ ਘਰ 'ਚੋਂ ਇੱਕ ਆਦਮੀ ਐਡੀ ਬੜੀ ਬੁਲੰਦੀਆਂ 'ਤੇ ਪਹੁੰਚਿਆ।